बिस्मिल्लाहमान इब्राहिम असल वालेकुम दोस्तों माशाल्लाह जी आज एक टॉप कलास की की वीडियो लैके आए हैं जी लोकेशन जिला सरगोदा है जी सोचा कांडीवाल रोड उहमद हसन दे फार्मे वैड मौजूद है जी माशाल्लाह दो दिन लै जे चार लै जे हफ्ता लै जी मालकान साहब तकरीबन तो चार पाँच दिन लाक माशाला जी जानवर देखो तो दे दिल खुश हो जाएगा रूह खुश हो जाएगी ਸੋਦਾ ਲੈਣਾ ਦੇਣਾ ਨਸੀਬ ਲੇਕਿਨ ਮਾਸ਼ਾਅੱਲਾ ਜੀ ਅਹਿਮਦ ਭਾਈ ਦਾ ਜਾਨਵਰ ਅੱਛਾ ਜੀ ਦੁੱਧ ਵਾਲਾ ਜਾਨਵਰ ਹੈ ਮਿਲਕ ਰਿਕਾਰਡ ਵੀ ਅੱਛਾ ਦੇ ਪਿਛਲੇ ਜਿੰਨਾ ਕੋ ਲਈ ਨੇ ਜਿਸ ਫਾਰਮ ਤੋਂ ਜਿਸ ਘਰ ਕੋ ਲਈ ਨੇ ਜੀ 27 28 ਲੀਟਰ ਗਾਂ ਦੁੱਧ ਦੇਂਦੀ ਰਹੀ ਜੀ ਮਾਸ਼ਾਅੱਲਾ ਇੰਨਾ ਜਾਨਵਰ ਦੁੱਧ ਦੇ ਸਕਦਾ ਜੀ ਥੱਬਿਆਂ ਦਾ ਰਵਾਨਾ ਹੈ ਜੀ ਮਾਸ਼ਾਅੱਲਾ ਗਾਂ ਕੋਲ ਫਿਰ ਦੋਸਤੋ ਵੱਡੀ ਗਾਂ ਹੈ ਦੋਰੀ ਗਾਂ ਹੈ ਡਬਲ ਐਡੀ ਦੀ ਜੀ ਬਾਡੀ ਸਟਰਕਚਰ ਗਾਂ ਕੋਲ ਅੱਛਾ ਜੀ ਬਜ਼ੁਰਗਾਂ ਦੇ ਅੱਗੇ ਖਾਨ ਹੈ ਜੀ ਕੋਲ ਹੈ ਜੀ ਕਿ ਵੱਡੀਆਂ ਦੇ ਕੰਮ ਵੱਡੇ ਜੀ ਇਹ ਨਸਲ ਪੂਰੀ ਬਰੀਡ ਪੂਰੀ ਜੀ ਲਿਬਾਸ ਗਾਂ ਕੋਲੋਂ ਚਾਲੀ ਹੋਰ ਜੱਗਾ ਗਾਂ ਕੋਲ ਲੈ ਆਲੀ ਗਾਂ ਤਿਆਰ ਨਹੀਂ ਕਿਉਂਕਿ ਦੋਸਤੋ ਆਖਰੀ 4-5 ਦਿਨਾਂ ਚ ਗਾਵਾਂ ਜਿਹੜੀਆਂ ਨੇ ਆਪਣਾ ਫੁੱਲ ਲਿਬਾਸ ਬਣਾਉਂਦੀਆਂ ਨੇ ਜੀ ਲੋਕੇਸ਼ਨ ਦੋਸਤੋ ਜ਼ਿਲ੍ਹਾ ਸਰਗੋਦਾ ਜੀ ਕਾਂਡੀਵਾਲ ਰੋਡ ਦੀ 100 SB ਦੇ ਨਾਲ ਅਹਿਮਦ हसन ਦਾ ਫਾਰਮ ਹੈ ਨੰਬਰ ਸਕਰੀਨ ਤੇ ਦੇ ਦਿੱਤਾ ਜੀ ਮਜ਼ੀਦ ਮਾਲੂਮਾਤ ਕਰ ਸਕਦੇ ਹੋ ਜੀ ਦੋਸਤੋ ਜੇ ਕੀਮਤ ਦੀ ਗੱਲ ਕਰੀਏ ਤੇ ਡਿਮਾਂਡਾਂ ਤੋਂ ਤੇ ਹੁਣ ਇਸ ਤਰ੍ਹਾਂ ਦੀ ਗਾਵਾਂ ਦੀ ਦੋਸਤੋ 6-6 ਸਾਢੇ 6-6 ਲੱਖ ਹੈ ਜੀ ਤੇ ਲੇਕਿਨ ਭਾਈ ਅਹਿਮਦ ਹਸਨ ਦੀ ਬਹੁਤ ਮਕੂਲ ਤੇ ਜਾਇਜ਼ ਤੇ ਮناسب ਡਿਮਾਂਡ ਹੁੰਦੀ ਜੀ ਉਹ ਇਸ ਗਾਂ ਦਾ ਡਿਮਾਂਡ ਕਰ ਰਹੇ ਨੇ 3 ਲੱਖ ਤੇ 65 ਹਜ਼ਾਰ ਦੀ ਡਿਲੀਵਰੀ ਵਗੈਰਾ ਵੀ ਕਹਿ ਰਹੇ ਨੇ ਸਹੂਲਤ ਦੇ ਆਂ ਦੇ ਇਨਸ਼ਾਅੱਲਾ ਜੇ ਦੋਸਤ ਆ ਵੇ ਦਾ ਪਿਆਰ ਮੁਹੱਬਤ ਵੀ ਉਹਦੇ ਨਾਲ ਕਰਨ ਦੇ ਜੀ ਤੇ ਇਨਸ਼ਾਅੱਲਾ ਜੀ ਗਾਂ ਅੱਛੀ ਜੀ ਜਿਸ ਦੋਸਤ ਨੂੰ ਘਰ ਵਾਸਤੇ ਫਾਰਮ ਵਾਸਤੇ ਗਵਾਲ ਵਾਸਤੇ ਚਾਹੀਦਾ ਅੱਛਾ ਜਾਨਵਰ ਦੀ ਥਨ ਸ਼ਨ ਸਾਫ ਨੇ ਜੀ ਮਾਸ਼ਾਅੱਲਾ ਜੀ ਨਲਕੇ ਹਰ ਵਗਣ ਦੇ ਚਵਾਈ ਅੱਛੀ ਹੋਵੇ ਦੀ ਗਾਂ ਦੀ ਜੀ ਦੂਸਰਾ ਸੂਬਾ ਜੀ ਹਫਤਾ ਕਹਿ ਲੋ ਗਾਂ ਤਕਰੀਬਨ ਲੈ ਜੇ ਦੀ ਕੀਮਤ ਦੀ ਗੱਲ ਕਰੀਏ 3 ਲੱਖ 65 ਹਜ਼ਾਰ ਲੋਕੇਸ਼ਨ ਜ਼ਿਲ੍ਹਾ ਸਰਗੋਦਾ ਅਹਿਮਦ ਹਸਨ ਦੇ ਫਾਰਮ ਤੇ ਮੌਜੂਦ ਹੈ ਗਾਂ ਕੋਲ ਜਗ੍ਹਾ ਹਲੀ ਬਹੁਤ ਹੈ ਹਲੀ ਵੀ ਗਾਂ ਕੋਲ ਮਾਸ਼ਾਅੱਲਾ ਬਹੁਤ ਵਾਨ ਹੈ ਲੇਕਿਨ ਹਲੀ ਗਾਂ ਹੋਰ ਵਾਨ ਨਾ ਬਣਾਈ ਦੀ ਲਚਕ ਗਾਂ ਦੀ ਦਸਤੀ ਹੈ ਗਾਂ ਦਾ ਜਿਸਮ ਬਾਡੀ ਸਟਰਕਚਰ ਗਾਂ ਦਾ ਦਸਤਾ ਹੈ ਜੀ ਮਾਸ਼ਾਅੱਲਾ ਜੀ ਫਿਰ ਚਾੜਾ ਜਾਨਵਰ ਹੈ ਜੀ ਸੋਹਣਾ ਜੀ ਖਿਲਾ ਫਿਰ ਗਾਂ ਕੋਲ ਬਹੁਤ ਮਾਸ਼ਾਅੱਲਾ ਖਿਲਾ ਹੈ ਬਹੁਤ ਵਕਫੇ ਤੇ ਥਨ ਲੱਗੇ ਆ ਕਾਲਾ ਥਾਨੇ ਮਾਸ਼ਾਅੱਲਾ ਜੀ ਮਜ਼ੀਦ ਮਾਲੂਮਾਤ ਵਾਸਤੇ ਭਾਈ ਅਹਿਮਦ ਹਸਨ ਦਾ ਸਕਰੀਨ ਤੇ ਨੰਬਰ ਦੇ ਦਿੱਤਾ ਜੇ WhatsApp ਤੇ ਜੀ ਇਨਸ਼ਾਅੱਲਾ ਜੀ ਬੋਲ ਰਾਇ ਇਤਮਾਦ ਕਰ ਸਕਦੇ ਹੋ ਭਾਈ ਅਹਿਮਦ ਹਸਨ ਤੇ ਜੀ ਕੋਈ ਕਿਸੇ ਦੋਸਤ ਨੂੰ ਕੋਈ ਜਾਨਵਰ ਚਾਹੀਦਾ ਹੋਵੇ ਅਹਿਮਦ ਭਾਈ ਨਾਲ رابطہ ਕਰੋ ਜੀ ਇਨਸ਼ਾਅੱਲਾ ਇਨਸ਼ਾਅੱਲਾ ਪੂਰਾ ਤਾਮਨ ਕਰਨ ਦੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਨਾਲ ਫਿਰ ਮਿਲਾਂਗੇ ਦੁਆਵਾਂ ਯਾਦ ਰੱਖਣਾ ਹੈ ਆਪਣਾ ਖਿਆਲ ਰੱਖਣਾ ਜੀ ਅਸਲਾਮੁਅਲੈਕੁਮ